ਅੱਜ ਅਸੀਂ ਚੱਕ 363 ਜੀਂਬੇ ਬਾਮਣੀ ਵਾਲਾ ਵਿੱਚ ਆਏ ਬੈਠੇ ਹਾਂ। ਇਹਨੂੰ ਤਹਿਸੀਲ ਲੱਗਦੀ ਹੈ ਗੋਜਰਾ ਅਤੇ ਜ਼ਿਲ੍ਹਾ ਲੱਗਦਾ ਹੈ ਟੋਭਾ ਟੇਕ ਸਿੰਘ। ਪਹਿਲਾਂ ਇਹਨੂੰ ਜ਼ਿਲ੍ਹਾ ਲੈਲਪੁਰ ਲੱਗਦਾ ਸੀ, ਲੈਲਪੁਰ ਦਾ ਹੁਣ ਮੌਜੂਦਾ ਨਾਂ ਫੈਸਲਾਬਾਦ ਹੈ। ਅਤੇ ਬਾਬਾ ਜੀ ਮੁਹੰਮਦ ਖਾਨ ਸਾਹਿਬ, ਇਹਨਾਂ ਦੀ ਅਸੀਂ ਤਫਸੀਲੀ ਵੀਡੀਓ ਪਹਿਲਾਂ ਬਣਾਈ ਸੀ। ਇਹਨਾਂ ਦੀ ਵੀਡੀਓ ਵੇਖ ਕੇ ਝੰਗ ਦੇ ਇੱਕ ਬੰਦੇ ਨੇ ਸਾਨੂੰ ਫੋਨ ਕੀਤਾ ਸੀ ਕਿ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਕਰਨੀ ਚਾਹੁੰਦੇ ਹਾਂ। ਅਤੇ ਚਲੋ ਅਸੀਂ ਬਾਬਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ। ਬਾਬਾ ਜੀ, ਆਪਣਾ ਜਿਹੜਾ ਪਿੰਡ ਬੇਗੋਵਾਲ ਸੀ, ਬੇਗੋਵਾਲ ਅਤੇ ਬੇਗੋਵਾਲ ਦੇ ਬਾਕੀ ਲੋਕ ਕਿੱਥੇ ਕਿੱਥੇ ਬੈਠੇ ਨੇ? ਬਾਕੀ ਤੁਹਾਨੂੰ ਦੱਸਿਆ ਵੀ ਰਾਜਪੂਤ ਬਹੁਤ ਬੈਠੇ ਤੁਹਾਨੂੰ ਆਣੇ ਅਤੇ ਵਕੀਲਾ ਵੀ ਆ, ਲਾਹੌਰ 'ਚ ਵੀ ਆ। ਅੱਛਾ, ਚਲਾ ਗਿਆ ਵਿੱਚੋਂ। ਅੱਛਾ, ਜ਼ਮੀਨਾਂ ਵੇਚ ਕੇ ਅਤੇ ਜਿਹੜੇ ਬਹੁਤ ਵੱਡੇ ਮਾਲਕ ਉਹ ਸਾਹੀਵਾਲ ਵੀ ਆ, ਉਹ ਕਿਤੇ ਸੁਣਿਆ ਹੋਣਾ ਵਜ਼ੀਰ ਬਣਿਆ ਸੀ ਤੇਲ ਦਾ, ਨਿਰਵੇਰ ਸ਼ਕੂਰ ਉਹਦਾ ਨਾਂ ਸੀ। ਹਾਂ ਹਾਂ, ਨਿਰਵੇਰ ਸ਼ਕੂਰ। ਹਾਂਜੀ ਹਾਂਜੀ, ਉਹ ਹੁਣ ਵੀ ਉੱਥੇ ਹੀ ਆ, ਉਹ ਬੇਗਵਾਲ ਦੇ ਆ। ਅੱਛਾ, ਉਹਨਾਂ ਤੋਂ ਵੱਡੇ ਚੌਰੀ ਜਿਹੜੇ ਸੀ ਉਹਨੂੰ ਆਪ ਸਾਰੇ ਆ ਗਏ, ਉਹਦੇ ਬੇਟੇ ਸੀ ਜੱਜ ਵੀ, ਤਹਿਸੀਲਦਾਰ ਵੀ। ਅੱਛਾ, ਫਾਰਮ ਦੇ ਵਿੱਚ ਵੀ ਵੱਡਾ ਅਫਸਰ, ਅਤੇ ਸਦੀਕ ਅਹਿਮਦ ਇੱਕ ਦਾ ਨਾਂ ਸੀ, ਇੱਕ ਦਾ ਨਾਂ ਗਫੂਰ ਅਹਿਮਦ ਛੋਟਾ ਸੀ, ਸਦੀਕ ਅਹਿਮਦ ਵੱਡਾ ਸੀ, ਉਹ ਐਸ ਪੀ ਸਾਹਿਬ ਸੀਗੇ। ਅੱਛਾ, ਅਤੇ ਹੋਰ ਤੁਸੀਂ ਇੱਕ ਦੱਸਿਆ ਸੀ ਜਿਹੜਾ ਮੰਚਨਾਬਾਦ ਵਿੱਚ ਬਾਕੀ ਉਹਨੂੰ ਮਾਰ ਦਿੱਤਾ ਸੀ ਸਿੱਖਾਂ ਨੇ, ਉਹ ਰਹਿ ਗਿਆ ਉਹਨੂੰ ਮਹਾਰਾਜੇ ਨੇ ਚਿੱਠੀ ਕਰ ਲਈ ਸੀ ਕਿ ਬੇਗਵਾਲ ਵੇਲਾ ਕੱਲ੍ਹ ਨੂੰ 9 ਵਜੇ ਕਰ। ਅੱਛਾ, ਉਹ ਸੀ ਕਮਜ਼ੋਰ, ਉਹ ਪਿੰਡੋਂ ਕੋਠੀ ਸੀ ਜਿੱਦਾਂ ਉਹ ਸਾਹਮਣੇ ਨਹੀਂ। ਹਾਂਜੀ, ਆਪਣਾ ਜਿੱਦਾਂ ਕਹੋ ਮਸੀਤ ਹੈ, ਮਸੀਤ ਤੋਂ ਵੀ ਉਰੇ। ਅੱਛਾ, ਲਾਗੇ ਹੀ ਸੀਗਾ ਯਾਨੀ ਕਿ। ਹਾਂਜੀ, ਅੱਛਾ, ਉਹ ਕੋਠੀ ਦੇ ਸੜਕਾਂ ਬਣੀਆਂ ਸੀ। ਅੱਛਾ, ਹਰ ਰੰਗ ਦਾ ਫੁੱਲ ਬੂਟਾ, ਸੜਕਾਂ, ਸਰੂ ਦੇ ਬੂਟੇ, ਅੱਛਾ, ਮਾਲਟਾ, ਸੰਤਰਾ, ਹਰ ਕਿਸਮ ਦਾ ਉੱਥੇ ਫਲ ਸੀ। ਅੱਛਾ, ਚਲਾ ਮਿਲੇ ਪਿੰਡ ਜ਼ਮੀਨਾਂ ਦੇ ਫਜ਼ਲ ਖਾਂ ਉਹਦਾ ਨਾਂ ਸੀ। ਅੱਛਾ, ਫਜ਼ਲ ਖਾਂ ਨੂੰ ਮਾਰ ਦਿੱਤਾ ਅੱਛਾ ਜੀ, ਉਹਨੂੰ ਸਿੱਖਾਂ ਨੇ ਮਗਰੋਂ ਮਾਰ ਦਿੱਤਾ। ਅੱਛਾ, ਇੱਕ ਘੁਮਿਆਰ ਸੀ। ਅੱਛਾ, ਫਜ਼ਲ ਖਾਂ ਉੱਥੇ ਰਹਿ ਗਿਆ ਸੀ ਪਿੱਛੇ, ਉਹ ਫਿਰ ਉਹਨੂੰ ਨਾ ਕੋਈ ਵਿਚਾਰੇ ਨੂੰ ਲਿਆ, ਜਿਹੜੇ ਦੂਏ ਸੀ ਉਹ ਗੱਡੀਆਂ ਗੁੱਡੀਆਂ 'ਚ ਬਹਿ ਕੇ ਆ ਗਿਆ। ਤਾਂ ਫਜ਼ਲ ਖਾਂ ਦੀ ਉਸ ਵੇਲੇ ਕਿੰਨੀ ਕੁ ਉਮਰ ਸੀ ਉਹਨਾਂ ਦੀ? ਹਾਂ, ਉਹਨਾਂ ਦੀ ਤਾਂ ਉਮਰ ਮੈਨੂੰ ਸ਼ੱਕ ਆ ਵੀ 100 ਤੋਂ 3 ਸੀਗੀ। ਅੱਛਾ, ਬਜ਼ੁਰਗ ਸਨ, ਸਿਆਣੀ ਉਮਰ ਦੇ, ਸਿਆਣੇ ਸੀ ਤਾਂ ਕਰਕੇ ਪਿੱਛੇ ਰਹਿ ਗਏ। ਹਾਂ, ਕਮਜ਼ੋਰ ਸੀ ਤੋੜਨੇ ਸੀ। ਅੱਛਾ, ਅਤੇ ਬੇਗੋਵਾਲ ਦੇ ਹੋਰ ਵੀ ਕੋਈ ਬੰਦੇ ਇੱਦਾਂ ਕਤਲ ਹੋਏ ਸਨ? 2 ਕਤਲ ਹੋਏ ਆ, ਇੱਕ ਉਹ ਫਜ਼ਲ ਖਾਂ, ਅੱਛਾ, ਇੱਕ ਵੀਰ ਘੁਮਿਆਰ ਹੁੰਦਾ ਉਹ ਬਹੁਤ ਮੋਟਾ ਸੀ, ਉਹ ਖੱਤਰੀ, ਉਹਦੇ ਕੋਲ ਪੈਸਾ ਵਰਤਦਾ ਸੀ। ਅੱਛਾ, ਉਹਦੇ 2 ਬੇਟ ਬੜੇ ਜਵਾਨ, ਆਪ ਵੀ ਬੜਾ ਜਵਾਨ। ਅੱਛਾ, ਉਹਨੂੰ ਖੱਤਰੀ ਨੇ ਰੱਖ ਲਿਆ। ਅੱਛਾ, ਰੱਖੇ ਨੇ, ਉਹ ਫਿਰ ਤੁਹਾਨੂੰ ਕੁਛ ਨਹੀਂ ਕਹਿੰਦਾ, ਉਹ ਪੈਸੇ ਵਰਤਦਾ ਹੁੰਦਾ ਸੀ। ਅੱਛਾ, ਉਦੋਂ ਚਾਂਦੀ ਦੇ ਰੁਪਈਏ ਆਮ ਸੀ ਅਤੇ ਨੋਟ ਵੱਡੇ ਨਹੀਂ ਸੀਗੇ, 10-10 ਦੇ। ਅੱਛਾ, ਉਹ ਤੀਸਰੇ ਦਿਨ ਉਹਨੇ ਕਿਹਾ, ਯਾਰ ਇੱਥੇ ਕੋਈ ਇਤਬਾਰ ਨਹੀਂ, ਤੁਸੀਂ ਚਲੇ ਜਾਓ। ਅੱਛਾ, ਉਹ ਰਾਤ ਨੂੰ ਉਹਨਾਂ ਨੇ ਛੱਟਾਂ 'ਚ ਰੁਪਈਏ ਪਾ ਲਏ। ਅੱਛਾ, ਪੁੱਤ ਵੀ ਨਾ, ਅਸੀਂ ਤਾਂ ਆ ਗਏ ਉੱਥੋਂ 5 ਮੀਲ ਉਡਾਣ ਕੇ, ਸਾਡਾ ਕੈਂਪਰ ਉਖਿਆ ਰਿਹਾ। ਅੱਛਾ, ਉਹ ਫਿਰ ਨਾ ਤੀਸਰੇ ਦਿਨ ਮਗਰੋਂ ਆਏ। ਅੱਛਾ, ਅਤੇ ਉਹਨਾਂ ਨੂੰ ਕਤਲ ਕਰ ਦਿੱਤਾ ਉਹਨਾਂ ਨੇ, ਦੂਆ ਨੇ ਰਾਹ ਦੇ ਵਿੱਚ ਛੱਟਾਂ ਸੀ ਨਾ ਸੋਨੇ ਦੀਆਂ, ਚਾਂਦੀ ਦੀਆਂ। ਹਾਂਜੀ ਹਾਂਜੀ, ਉਹਨਾਂ 'ਚ ਰੁਪਈਏ ਸੀ। ਅੱਛਾ, ਇਹ ਕੀ ਆ, ਕੌਣ ਤੁਸੀਂ ਲਵਾਉਣੇ ਆ? ਅੱਛਾ,
ਲਵਾਣੇ ਹੋ ਤੇ ਕਿੱਥੇ ਚੱਲੇ ਹੋ? ਉਹਨਾਂ ਨੇ ਪਤਾ ਨਹੀਂ ਕੀ ਦੱਸਿਆ। ਅੱਛਾ, ਉਹਨੇ ਡਾਂਗ ਮਾਰੀ ਵਿੱਚ। ਅੱਛਾ, ਉਹ ਰੁਪਈਏ ਚਾਂਦੀ ਦੇ ਸੀ, ਉਹ ਖੜਕ ਪਏ। ਉਹ ਖੜਕ ਪਏ ਤੁਹਾਡੀ ਭੈਣ ਨੂੰ? ਅੱਛਾ, ਉਹ ਇਹ ਤਾਂ ਰੁਪਈਏ ਆ। ਉਹਨਾਂ ਨੇ ਫਿਰ ਉਹਦੇ ਮਗਰ ਚੜ੍ਹਿਆ। ਉਹ ਸੀ ਬੜੇ ਜਵਾਨ ਪੁੱਤ ਦੋ ਵੀਰ ਘੁਮਿਆਰ ਦੇ। ਅੱਛਾ, ਉਹ ਨੱਠ ਕੇ ਫਿਰ ਉਹ ਤੇ ਬਚ ਗਿਆ ਆ ਗਿਆ। ਅੱਛਾ, ਤੇ ਜਿਹੜਾ ਸੀ ਨਾ ਵੀਰ ਘੁਮਿਆਰ, ਹਾਂ ਉਹ ਸਿਆਣਾ ਸੀ, ਉਹ ਭਰਾ ਸੀ ਉਹ ਵੀ। ਅੱਛਾ, ਉਹਨੂੰ ਉਹਨਾਂ ਨੇ ਵੜ ਸੁੱਟਿਆ ਤੇ ਰੁਪਈਏ ਲੈ ਗਿਆ। ਲੱਦੇ ਲਦਾਏ ਖੋਤਿਆਂ ਤੇ ਲੱਦੇ ਖੋਤੇ ਬਰਛੀਆਂ ਨਾ ਮਾਰਿਆ ਉਹਨੂੰ, ਪਤਾ ਨਹੀਂ ਕਾਹਦੇ ਨਾਲ ਮਾਰਿਆ ਸੀ। ਅੱਛਾ, ਯਾਨੀ ਉੱਥੇ ਉਹਨੂੰ ਵੜ ਦਿੱਤਾ। ਉਹ ਰਾਹ 'ਚ ਦੋ ਤਿੰਨ ਮੀਲ, ਦੋ ਢਾਈ ਮੀਲ ਉਹਨਾਂ ਸਾਡੇ ਪਿੰਡ। ਅੱਛਾ, ਅਤੇ ਉਹਦੇ ਜਿਹੜੇ ਦੋ ਮੁੰਡੇ ਸੀ ਉਹ ਬਚ ਗਏ? ਉਹ ਨੱਠ ਕੇ ਆ ਗਿਆ। ਅੱਛਾ, ਉਹ ਕਿੱਥੇ ਆ ਕੇ ਫਿਰ ਵਸੇ ਇੱਥੇ? ਉਹਨਾਂ ਦਾ ਯਾਰ ਪਤਾ ਨਹੀਂ, ਉਹ ਖਿਲਰ ਗਿਆ, ਕੋਈ ਕਿਤੇ ਬਹਿ ਗਿਆ, ਕੋਈ ਕਿਤੇ ਬਹਿ ਗਿਆ। ਅੱਛਾ, ਤੁਸੀਂ ਇੱਕ ਦੱਸਿਆ ਸੀ ਕਿ ਮੰਚਨਾਬਾਦ ਵਿੱਚ ਵੀ ਕੋਈ ਵਸੇ ਨੇ, ਮੰਚਨਾਬਾਦ ਵਿੱਚ ਵੀ ਆਪਣੇ ਪਿੰਡ ਦੇ ਕੋਈ ਬਹਿੰਦੇ ਨੇ ਬੈਠੇ ਨੇ ਜੀ? ਬਰਛੀਆਂ ਵੀ ਲੋਕਾਂ ਸਾਡੇ ਵੀ ਰਾਜਪੂਤਾਂ ਨੇ ਛਵੀਆਂ ਵੀ ਬਣਾਈਆਂ ਸੀ, ਬਰਛੀਆਂ ਵੀ ਬਣਾਈਆਂ ਸੀ। ਅਤੇ ਉਹ ਤਾਂ ਲੁਹਾਰ ਦਾ ਟਾਈਮ ਨਹੀਂ ਸੀ ਲੱਗਦਾ, ਇੰਨੀਆਂ ਬਣਾ ਉਹ ਸਿੱਖ ਆਉਂਦੇ ਸੀ, ਉਹ ਸਾਡੇ ਪਿੰਡ ਨਹੀਂ ਸੀ ਵੜਦੇ। ਮੈਂ ਪੁੱਛਿਆ ਸੀ ਕਿ ਆਪਣੇ ਮੰਚਨਾਬਾਦ ਵਿੱਚ ਵੀ ਕੋਈ ਬੈਠੇ ਨੇ ਆਪਣੇ ਪਿੰਡ ਦੇ? ਕਿੱਥੇ? ਮੰਚਨਾਬਾਦ ਵਿੱਚ। ਮੰਚਨਾਬਾਦ? ਹਾਂਜੀ, ਮੰਚਨਾਬਾਦ ਹੈਗੇ ਆ, ਇਹ ਪਲ ਪਤਾ ਨਹੀਂ ਹੈ ਕਿਹੜੇ। ਅੱਛਾ, ਤੁਹਾਡੇ ਪਿੰਡ ਬੇਗੋਵਾਲ ਦੇ ਜਿਹੜੇ ਬੰਦੇ ਝੰਗ ਆ ਕੇ ਬੈਠੇ ਨੇ, ਹਾਂ ਉਹ ਤੁਹਾਨੂੰ ਕਹਿੰਦੇ ਅਸੀਂ ਬਾਬਾ ਜੀ ਨੂੰ ਮਿਲਣਾ ਵਾ, ਤੇ ਤੁਸੀਂ ਫਿਰ ਮਿਲੋਗੇ ਉਹਨਾਂ ਨੂੰ? ਪਿਛਲੇ ਕਈ ਘਰ ਹੋਰ ਵੀ ਹੋਣੇ ਆ। ਹਾਂ ਨਹੀਂ, ਝੰਗ ਜਿਹੜੇ ਬੈਠੇ ਉਹ ਕਹਿੰਦੇ ਅਸੀਂ ਬਾਬਾ ਜੀ ਨੂੰ ਮਿਲਣਾ ਚਾਹੁੰਦੇ ਆ। ਤਾਂ ਫਿਰ ਤੁਸੀਂ ਦੱਸ ਦਿਓ ਤੁਸੀਂ ਆਹ ਨੰਬਰ ਆ ਤੇ ਆਹ ਬਲਬਈਆ ਤਾਂ। ਹਾਂ, ਮਤਲਬ ਤੁਹਾਡੇ ਪਿੰਡ ਆਉਂਦੇ ਤੁਸੀਂ ਫਿਰ ਖੁਸ਼ ਹੋ ਕੇ ਮਿਲੋਗੇ ਉਹਨਾਂ ਨੂੰ? ਹਾਂ ਬਿਲਕੁਲ, ਕਿਹੜੀ ਗੱਲ। ਹਾਂ ਅਸੀਂ ਤਾਂ ਪੁਰਾਣਿਆਂ ਬੰਦਿਆਂ ਨੇ ਜਦੋਂ ਰਿਸ਼ਤੇ ਕਰਦੇ ਹਾਂ, ਹੁਣ ਤਾਂ ਕਾਂਡਾ ਪੈ ਸਾਰੇ। ਹਾਂਜੀ, ਹੁਣ ਅੱਜ ਤਾਂ ਕਹਿੰਦੇ ਸੀ ਜਿਹਦਾ ਸਾਡੇ ਤੇ ਬੰਦੇ ਹੋਣ, ਹਾਂਜੀ ਤੇ ਉਹ ਉੱਥੇ ਰਿਸ਼ਤੇ ਕਰੀਏ। ਸਹੀ, ਤੇ ਹੁਣ ਆਪਣੇ ਜ਼ਿਲ੍ਹੇ ਦੇ ਤਾਂ ਬੰਦੇ ਲੱਭਦੇ ਨਹੀਂ ਹੈ, ਹੁਣ ਤਾਂ ਇੱਦਾਂ ਹੀ ਆ। ਹਾਂਜੀ, ਜਿੱਥੇ ਉੱਥੇ ਕਰੀ ਜਾਂਦੇ। ਲਓ ਜੀ, ਜਿਹੜੇ ਝੰਗ ਦੇ ਸਾਡੇ ਵੀਰ ਨੇ ਭਾਈ ਨੇ ਸਾਨੂੰ ਫੋਨ ਕੀਤਾ ਸੀ, ਬਾਬਾ ਜੀ ਕਹਿੰਦੇ ਕਿ ਤੁਸੀਂ ਆਓ 100 ਬਿਸਮਿਲਾ, ਅਸੀਂ ਤੁਹਾਨੂੰ ਜੱਫੀ ਪਾ ਕੇ ਮਿਲਾਂਗੇ ਅਤੇ ਤੁਸੀਂ ਹੁਣ ਆ ਜਾਓ। ਇਸ ਦੇ ਨਾਲ ਹੀ ਸਾਡੀ ਅੱਜ ਦੀ ਵੀਡੀਓ ਮੁੱਕ ਗਈ। ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਵੇ, ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਸਾਡੇ ਚੈਨਲ ਨਦੀਮ ਵਿਰਸਾ ਵਲੌਗਸ ਨੂੰ ਸਬਸਕ੍ਰਾਈਬ ਕਰ ਲਿਓ। ਹੁਣ ਸਾਨੂੰ ਇਜਾਜ਼ਤ ਦਿਓ, ਅੱਲਾ ਬੇਲੀ, ਪਾਕਿਸਤਾਨ ਜ਼ਿੰਦਾਬਾਦ।